नमस्कार तेज हरियाणा पर स्वागत है आगे बढ़ने से पहले अगर आपने तेज हरियाणा को सब्सक्राइब नहीं किया अभी जो बटन है प्लीज इसे दबा के सब्सक्राइब करें बेल आइकन भी दबाएं ताकि हर अपडेट सबसे पहले मिले फेसबुक पर देख पा रहे हैं तो फेसबुक पर हमारे पेज को फॉलो कर लीजिए मुख्यमंत्री जी देश सलाहकार भी रहे ने ओना तो बात बहुत ही आदरणीय साडे केहरवाला जी ओना दे नाल बैठे हुए अमित मेहता जी ओना दे नाल बैठे हुए बहुत ही एल्हा बात तो जड़ा जोरदार जिन्होंने चुनाव लड़ेया समाज सेवी पिछले दिनों जड़ा अपनी ਰਾਮ ਦੀ ਯਾਤਰਾ ਸੀ ਉਥੇ ਉਹਨਾਂ ਨੇ ਬਹੁਤ ਵਧੀਆ ਕਠਕੀਤਾ ਤੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਹੈ ਇਹੋ ਜੇ ਸਾਡੇ ਗੋਬਿੰਦ ਕਾਂਡਾ ਜੀ ਬਹੁਤ ਯਾਦਗਾਰਨੀ ਹੈ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਇੱਥੇ ਕੀਤਾ ਹੈ ਆਪਣੇ ਪੂਰਵ ਵਿੱਚ ਵਿਧਾਇਕ ਵੀ ਰਹੇ ਬਹੁਤ ਯਾਦਗਾਰਨੀ ਬਲਕੌਰ ਜੀ ਜ਼ੋਰਦਾਰ ਤਾਲੀ ਤੁਸੀਂ ਬਲਕੌਰ ਜੀ ਦੇ ਨਾਮ ਤੇ ਬੁਲਾਓ ਉਹਨਾਂ ਦੇ ਨਾਲ ਬੈਠੇ ਹੋਏ ਪੂਰਵ ਵਿੱਚ ਆਪਣੇ ਵਿਧਾਇਕ ਰਹੇ ਰਾਣੀਆਂ ਤੋਂ रामचंद्र ਕੰਬੋਜੀ ਉਹਨਾਂ ਦੇ ਨਾਲ ਗੁਪੇਸ਼ ਮਹਿਤਾ ਜੀ ਸਾਡੀ ਪੈਂਦੇ ਨੂੰ ਸ਼ਰਮਾ ਜੀ ਜਿਹੜੀ ਕਾਲਾਂ ਵਾਲੀ ਤੋਂ ਚੋਣਾਂ ਵੀ ਲੜੀ ਐ ਉਹਨਾਂ ਦੇ ਨਾਲ ਬੈਠੇ ਹੋਏ ਨਵੇਂ-ਨਵੇਂ ਚੇਅਰਮੈਨ ਬਣੇ ਬੜੀ ਖੁਸ਼ਮਜ਼ਾਜੀ ਐ ਇਹਨਾਂ ਦੀ ਦੇਵ ਕੁਮਾਰ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਥੋੜਾ ਜਿਹਾ ਅੱਗੇ ਆ ਜਾਓ ਮੈਨੂੰ ਵੇਖ ਕੇ ਪਤਾ ਲੱਗ ਜਾਗਾ ਸਾਡੇ ਵੇਦ ਫੂਲਾ ਜੀ ਤੇ ਪਿੱਛੇ ਵੀ ਸਾਡੇ ਬਹੁਤ ਹੀ ਆਦਰਨੀਏ ਪੂਰੇ ਵਿੱਚ ਮੱਖਣ ਸਿੰਘਲਾ ਜੀ ਸਾਡੇ ਬਹੁਤ ਹੀ ਮਾਨ ਸਨਮਾਨ ਦੇ ਯੋਗ ਇੱਥੇ ਰੁਲਦੂ ਜੀ ਪ੍ਰਿੰਸ ਜੀ ਸਾਡੇ ਬਹੁਤ ਹੀ ਕਾਰਜਕਰਤਾ ਸਾਡੇ ਇੱਥੇ ਬੈਠੇ ਹੋਏ ਨੇ ਤੇ ਮੇਰੇ ਸਾਹਮਣੇ ਬੈਠੇ ਹੋਏ ਮਾਨ ਸਨਮਾਨ ਦੇ ਯੋਗ ਮੇਰੇ ਬੜੇ ਬਜ਼ੁਰਗੋ ਮੇਰੀ ਮਾਤਾਵੋ ਪੈਣਾ ਤੇ ਪਿਆਰੇ ਵੀਰੋ ਐਵੇਂ ਲੱਗਦਾ ਹੈ ਵੀ ਜਿਵੇਂ ਇੱਕ ਹੁੰਦੀ ਹੈ ਨਾ ਜਦੋਂ ਮੈਂ 2014 ਚ ਅਫਸਰ ਸੀ ਤੇ ਇਨਕਮ ਟੈਕਸ ਦੇ ਕਮਿਸ਼ਨਰ ਦੀ ਨੌਕਰੀ ਛੱਡ ਕੇ ਮੈਂ ਰਾਜਨੀਤੀ ਚਾਹੀਂ ਸੇਵਾ ਵਾਸਤੇ ਤੇ ਜਦੋਂ ਉਸ ਟਾਈਮ ਕੋਈ ਵੀ ਅਫਸਰ ਜਿਹੜਾ ਉਹਦੀ ਵਿਧਾਈ ਹੁੰਦੀ ਸੀ ਨਾ ਤੇ ਆਪਾਂ ਫੇਅਰਵੈਲ ਪਾਰਟੀ ਕਰਦੇ ਸੀ ਮੈਨੂੰ ਵੀ ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਅਰਵੈਲ ਪਾਰਟੀ ਵਾਸਤੇ ਬੈਠੇ ਹੋਏ ਤੇ 5 ਸਾਲ ਤੱਕ 2014 ਚ ਨੌਕਰੀ ਛੱਡ ਕੇ ਇਨਕਮ ਟੈਕਸ ਕਮਿਸ਼ਨਰ ਦੀ ਮੈਂ ਰਾਜਨੀਤੀ ਚਾਈ ਤੇ ਉਸ ਟਾਈਮ ਮੈਨੂੰ ਯਾਦ ਹੈ ਕਿ ਮੈਨੂੰ ਸਾਡੇ ਸ਼ੀਰਸ਼ ਨੇਤ੍ਰਤਵ ਨੇ ਕਹਿਤਾ ਸੀ ਕਿ 2014 ਚ ਤੁਸੀਂ ਜਿਹੜਾ ਸਿਰਸਾ ਤੋਂ ਚੋਣ ਲੜਨਾ ਹੈ ਮੈਂ ਕਿਹਾ ਠੀਕ ਹੈ ਜੀ ਮੈਨੂੰ ਤਾਂ ਕੁਝ ਪਤਾ ਨਹੀਂ ਸੀ ਰਾਜਨੀਤੀ ਚ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਰुण ਜੇਟਲੀ ਜੀ ਨੂੰ ਮਿਲ ਕੇ ਆਓ ਪੈਣ ਸੁਸ਼ਮਾ ਸਵਰਾਜ ਜੀ ਨੂੰ ਮਿਲ ਕੇ ਆਓ ਤੇ ਆਪਣੇ ਜਿਹੜੇ ਸਿਰਸਾ ਦੇ ਆਗੂ ਨੇ ਆਪਣੇ ਜਗਦੀਸ਼ ਚੋਪੜਾ ਜੀ ਉਹਨਾਂ ਨੂੰ ਮਿਲੋ ਤੇ ਆਪਣੇ ਆਦਰਣੀਆਂ ਗਣੇਸ਼ੀ ਲਾਲ ਜੀ ਉਹਨਾਂ ਨੂੰ ਮਿਲੋ ਮੈਂ ਸਾਰਿਆਂ ਨੂੰ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਮਨੋਹਰ ਲਾਲ ਜੀ ਨੂੰ ਵੀ ਮਿਲੋ ਤਾਂ ਮੈਨੂੰ ਯਾਦ ਹੈ ਰੋहतक ਜਿੱਥੇ ਆਪਣੇ ਜਿਹੜੇ ਪੂਰੋ ਵਿੱਚ ਮੰਤਰੀ ਹੁੰਦੇ ਸੀ ਮਨੀਸ਼ ਗਰੋਵਰ ਜੀ ਉਹਨਾਂ ਦੇ ਘਰ ਮੈਂ ਗਈ ਤੇ ਉੱਥੇ ਪਹਿਲੀ ਵਾਰ ਮੈਂ ਸਾਡੇ ਆਦਰੀਆਂ ਮਨੋਹਰ لال ਜੀ ਨੂੰ ਮਿਲੀ ਮਨੋਹਰ لال ਜੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਤਾਂ ਅਫਸਰ ਸੀ ਤੁਸੀਂ ਕਿਵੇਂ ਰਾਜਨੀਤੀ ਜਾ ਰਹੇ ਹੋ ਮੈਂ ਕਹਾ ਜੀ ਮੈਨੂੰ ਸੀਸ਼ ਨੇਤਰ ਤਵ ਨੇ ਵਿਸ਼ਵਾਸ ਦਿਲਾਇਆ ਹੈ ਕਿ ਸਿਰਸਾ ਤੋਂ ਤੁਹਾਨੂੰ ਟਿਕਟ ਦੇਵਾਂਗੇ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਦਮਨ ਥਾਮ ਕੇ ਉੱਥੋਂ ਚੋਣਵ ਲੜੋ ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਰਾਜਨੀਤੀ ਚ ਐਵੇਂ ਹੀ ਹੁੰਦਾ ਤੁਸੀਂ ਵੇਖ ਲਓ ਕਦੇ ਕਦੇ ਨੌਕਰੀ ਵੀ ਚਲੀ ਜਾਂਦੀ ਹੈ ਤਾਂ ਟਿਕਟ ਵੀ ਚਲੀ ਜਾਂਦੀ ਹੈ ਉਹੀ ਗੱਲ ਬਣੀ ਮੇਰੇ ਨਾਲ 2014 ਚ ਮੇਰੀ ਨੌਕਰੀ ਵੀ ਚਲੀ ਗਈ ਤੇ ਮੇਰੇ ਟਿਕਟ ਵੀ ਚਲੀ ਗਈ ਤੇ ਉਦੋਂ ਬਾਅਦ ਫਿਰ ਮੈਨੂੰ ਕਿਹਾ ਗਿਆ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ 90 ਜਿਹੜੀ ਵੀ ਆਪਣੀ ਵਿਧਾਨ ਸਭਾ ਉਹਨੇ ਉੱਥੇ ਤੁਸੀਂ ਜਿੱਥੇ ਵੀ ਹੱਥ ਰੱਖੋਗੇ ਉਦੋਂ ਤੁਹਾਨੂੰ ਵਿਧਾਨ ਸਭਾ ਦਾ ਚੋਣ ਲੜਾਵਾਗੇ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਜੀ ਉਹ ਫਲਾਣੀ ਫਲਾਣੀ ਜਿਹੜੀ ਹੈ ਵਿਧਾਨ ਸਭਾ ਉਹ ਮੇਰੇ ਘਰ ਦੇ ਨਜ਼ਦੀਕ ਹੈ ਮੈਂ ਸੇਵਾ ਵਾਸਤੇ ਰਾਜਨੀਤੀ ਚਾਹੀਆਂ ਭਈ ਮੈਂ ਕੰਮ ਤੋਂ ਕੰਮ ਕਦੇ ਕਿਸੇ ਨੂੰ ਕੋਈ ਦੁੱਖ ਹੋਏ ਤਕਲੀਫ ਹੋਏ ਅੱਦੇ ਘੰਟੇ 'ਚ ਮੈਂ ਉੱਥੇ ਪਹੁੰਚ ਜਾਵਾਂ ਐ ਵਿਧਾਨ ਸਭਾ ਜਿਹੜੀ ਐ ਇੱਥੇ ਮੈਂ ਚੋਣ ਲੜਲਾਂ ਜੀ ਕਹਿੰਦੇ ਹਾਂ ਲੜ ਲਓ ਜੀ ਤੁਸੀਂ ਮੈਂ ਉੱਥੇ ਕੰਮ ਤੋਂ ਕੰਮ ਵੀ 2-3 ਮਹੀਨੇ ਬਹੁਤ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਤੇ ਜਦੋਂ ਇਹ ਟਿਕਟ ਦੀ ਗੱਲ ਆਈ ਤੇ ਉਹ ਕਹਿੰਦੇ ਉੱਥੋਂ ਦੇ ਜਿਹੜੇ ਸਾਂਸਦ ਸੀ ਕਹਿੰਦੇ ਨਾ ਜੀ ਇੱਥਾਂ ਤਾਂ ਚੋਣ ਤੁਸੀਂ ਨਹੀਂ ਲੜ ਸਕਦੇ ਮੈਂ ਕਹਾ ਜੀ ਹੁਣ ਕੀ ਹੋਇਆ ਕਹਿੰਦੇ ਨਹੀਂ ਜੀ ਤੁਸੀਂ ਕੋਈ ਹੋਰ ਵਿਧਾਨ ਸਭਾ ਵੇਖੋ ਤਾ ਫਿਰ ਮੈਂ ਕਹਾ ਜੀ ਹੁਣ ਕੀ ਕਰੀਏ ਉਹ ਕਹਿੰਦੇ ਜੀ ਤੁਸੀਂ ਕੁੰਮ ਦੇ ਗੁੰਮ ਦੇ ਕੁੰਮ ਦੇ ਗੁੰਮ ਦੇ ਪੂਰਾ ਹਰਿਆਣਾ ਕੁੰਮ ਕੇ ਉਹਨੇ ਕਹਿ ਗਿਆ ਜੀ ਸਿਰਸਾ ਜਿਹੜੀ ਹੈ ਨਾ ਉਹ ਆਪਣੇ ਅਲਾਈਅੰਸ ਚ ਚਲੀ ਗਈ ਸੀ ਤਾਂ ਹੁਣ ਉੱਥੇ ਜਿਹੜੀ ਹੈ ਨਾ ਰਤਿਆ ਵਿਧਾਨ ਸਭਾ ਹੈ ਉੱਥੋਂ ਜਾ ਕੇ ਤੁਸੀਂ ਲੜ ਲਓ ਮੈਂ ਕਹਾ ਠੀਕ ਹੈ ਜੀ ਜਿਹੜੀ ਬਾਬਾ ਦੀ ਮਨਜ਼ੂਰੀ ਹੈ ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਿਰਫ ਮੈਨੂੰ 15 20 ਦਿਨਾਂ ਦਾ ਟਾਈਮ ਮਿਲਿਆ ਸੀ ਉਸ 15 20 ਦਿਨਾਂ ਦੇ ਟਾਈਮ ਦੇ ਅੰਦਰ ਅੰਦਰ ਐਨਾ ਪਿਆਰ ਐਨਾ ਸਨੇਹ ਮੈਨੂੰ ਇੱਥੋਂ ਮਿਲਿਆ ਕਿ ਅੱਜ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ 50500 ਵੋਟਾਂ ਮੈਨੂੰ 15-20 ਦਿਨਾਂ ਅਚਰਤਿਆ ਤੋਂ ਮਿਲੀ ਅਜੇ ਮੇਰੇ ਪਾਗੇ 'ਚ ਨਹੀਂ ਸੀ ਐਸ ਕਰਕੇ 435 ਵੋਟਾਂ ਤੋਂ ਮੈਨੂੰ ਲੱਗਦਾ ਪੂਰੇ ਹਰਿਆਣਾ 'ਚ ਸਭ ਤੋਂ ਘੱਟ ਵੋਟਾਂ ਜਿਹੜੀਆਂ ਨੇ ਉਸ ਤੋਂ ਮੈਂ ਉੱਥੇ ਜਿੱਤ ਨਹੀਂ ਸਕੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਚੇਅਰਮੈਨ ਬਣਾਇਆ ਉਸ ਤੋਂ ਬਾਅਦ 19 ਜਾਂਕੇ ਮੈਨੂੰ ਟਿਕਟ ਮਿਲੀ ਤੇ ਉਸ ਟਾਈਮ ਵੀ ਮੈਨੂੰ ਯਾਦ ਹੈ ਵੀ ਜਿੰਨਾ ਪਿਆਰ ਤੁਸੀਂ ਸਾਰਿਆਂ ਨੇ ਦਿੱਤਾ ਅੱਜ ਤੋਂ ਪਹਿਲਾਂ सिरसा ਲੋਕ ਸਭਾ ਦਾ ਕੋਈ ਵੀ ਸੰਸਦ ਐਨੇ ਵੋਟਾਂ ਤੋਂ ਨਹੀਂ ਜਿੱਤਿਆ ਜਿੰਨੇ ਵੋਟਾਂ ਤੋਂ ਤੁਸੀਂ ਮੈਨੂੰ ਜਿਤਾ ਕੇ ਵੱਡੀ ਪੰਚਾਇਤ ਭੇਜਿਆ 310000 ਵੋਟਾਂ ਤੋਂ ਜਿਤਾ ਕੇ ਤੁਸੀਂ ਮੈਨੂੰ ਵੱਡੀ ਪੰਚਾਇਤ ਭੇਜਿਆ ਤੇ ਮੈਂ ਵੀ ਆਪਣੀ ਮਿਹਨਤ ਪੂਰੀ ਕੀਤੀ ਜੇ ਨਾ ਮੈਂ ਕਰ ਸਕਦੀ ਸੀ ਤੁਹਾਨੂੰ ਪਤਾ ਹੈ 2 ਸਾਲ ਤੱਕ ਕੋਰੋਨਾ ਚਲੇ ਗਏ ਉਹ ਤੋਂ ਬਾਅਦ ਥੋੜਾ ਅੰਦੋਲਨ ਵਗੈਰਾ ਵੀ ਹੋਇਆ ਇਸ ਕਰਕੇ ਪਰ ਫਿਰ ਵੀ ਪੂਰੀ ਮਿਹਨਤ ਕਰਕੇ ਮੈਂ ਕੰਮ ਕੀਤੀ ਪਰ ਆਪਾਂ ਜਿਹੜਾ ਹੈ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੇਂਦਰ ਵਿੱਚ ਅੱਜ ਮਾਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦਿਨਾਂ ਦਾ ਡੰਕਾ ਸਾਰੀ ਦੁਨੀਆ 'ਚ ਵੱਜਦਾ ਹੈ ਉਹਨਾਂ ਨੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਜਿੰਨਾ ਕੰਮ ਕੀਤਾ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ ਐਵੇਂ ਹੀ ਸਾਡੇ ਸੰਤ ਸਫੇਦ ਕਪੜੇ ਸਾਡੇ ਸੰਤ ਮਾਨ ਜੋਗ ਮੁੱਖ ਮੰਤਰੀ ਜੀ ਨੇ ਇਸ ਇਲਾਕੇ ਵਾਸਤੇ ਬਿਨਾ ਕਿਸੇ ਭੇਦ ਪਾਓਗੇ ਜਿੰਨਾ ਕੰਮ ਕੀਤਾ ਹਰਿਆਣਾ ਸਰਕਾਰ ਇਤ ਪਿਛਲੇ 10 ਸਾਲਾਂ ਚ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਚਾਹੇ ਆਪਾਂ ਗੱਲ ਕਰੀਏ ਇਸ ਇਲਾਕੇ ਦੇ ਬਾਰੇ ਜਿ ਜੋ ਵੀ ਕੰਮ ਜਿਹੜੇ ਨੇ ਤੁਸੀਂ ਇੱਕ ਵੀ ਕੰਮ ਤੁਸੀਂ ਸੋਚੋ ਮਾਨੇ ਚ ਤੁਹਾਨੂੰ ਲੱਗਦਾ ਹੈ ਕਿ ਬਿਨਾ ਕਿਸੇ ਭੇਦ ਪਾਓ ਕੇ ਸਾਡੇ ਮੁੱਖ ਮੰਤਰੀ ਜੀ ਨੇ ਇਸ ਇਲਾਕੇ ਦੇ ਕੰਮ ਕੀਤੇ ਹੁਣ ਦੇਖੋ ਤੁਸੀਂ ਮਾਨ ਜੋਗ ਮੁੱਖ ਮੰਤਰੀ ਜੇ ਮਾਨਣੇ ਸੀ ਕਿ ਐਸ ਇਲਾਕੇ ਤੋਂ ਚਿੱਟਾ ਖਤਮ ਹੋਣਾ ਚਾਹੀਦਾ। ਉਹਨਾਂ ਨੇ ਡੱਬ ਵਾਲੀ 'ਚ ਨਵਾਂ ਜ਼ਿਲ੍ਹਾ ਬਣਾਇਆ। ਹੌਲੇ-ਹੌਲੇ ਸਾਰੇ ਇਲਾਕਿਆਂ 'ਚ ਹੁਣ ਚਿੱਟਾ ਖਤਮ ਹੋ ਰਿਹਾ ਹੈ। ਨਸ਼ੇ ਬੰਦੀ ਬਿਲਕੁਲ ਖਤਮ ਹੋ ਰਹੀ ਹੈ। ਨਸ਼ਾ ਹੁਣ ਬਿਲਕੁਲ ਖਤਮ ਹੋ ਰਿਹਾ ਹੈ। ਮਾਨ ਜੋਗ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਦੀ ਬਦੌਲਤ। ਇਹਨਾਂ ਨੇ ਜੋ ਮਿਹਨਤ ਕੀਤੀ ਉਸ ਕਰਕੇ ਸਾਡੇ ਇਲਾਕਿਆਂ 'ਚੋਂ ਚਿੱਟਾ ਬਿਲਕੁਲ ਖਤਮ ਹੋ ਰਿਹਾ ਹੈ। ਇਹਦੇ ਨਾਲ-ਨਾਲ ਹੋਰ ਵੀ ਆਪਾਂ ਦੱਸਿਏ ਪੋਰਟਲ ਦਾ ਕੰਮ। ਪੋਰਟਲ ਦਾ ਕੰਮ ਅੱਜ ਅਗਰ 10 ਸਾਲਾਂ ਚ ਕਿਸੇ ਨੇ ਕੀਤਾ ਮਾਨਯੋਗ ਮੁੱਖ ਮੰਤਰੀ ਜੀ ਨੇ ਅੱਜ ਤੁਸੀਂ ਇੱਕ ਬਟਨ ਦਬਾਓ ਸਾਰੇ ਕੰਮ ਤੁਹਾਡੇ ਪੋਰਟਲ ਤੇ ਹੁੰਦੇ ਨੇ ਚਾਹੇ ਤੁਸੀਂ ਆਯੂਸ਼ਮਾਨ ਯੋਜਨਾ ਦੀ ਗੱਲ ਕਰੋ ਚਾਹੇ ਤੁਸੀਂ ਪਰਿਵਾਰ ਪਹਿਚਾਨ ਪੱਤਰ ਦੀ ਗੱਲ ਕਰੋ ਤੁਹਾਡੇ ਰਾਸ਼ਨ ਦੀ ਗੱਲ ਕਰੋ ਕੋਈ ਵੀ ਕੰਮ ਤੁਹਾਡਾ ਹੈ ਤੁਸੀਂ ਪੋਰਟਲ ਤੇ ਇੱਕ ਬਟਨ ਦਬਾਓ ਉਥੇ ਤੁਹਾਡੇ ਸਾਰੇ ਕੰਮ ਹੁੰਦੇ ਨੇ ਅਜਮਾਨ ਜੋ ਮੁੱਖ ਮੰਤਰੀ ਨੇ ਸਾਡੇ ਸੰਤ ਜਿਹੜੇ ਨੇ ਉਹਨਾਂ ਨੇ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਜੋ ਪੋਰਟਲ ਤੇ ਕੰਮ ਕੀਤੇ ਨੇ ਆਜ ਤੱਕ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤੇ ਤਾਂ ਇਸ ਕਰਕੇ ਮਾਣਯੋਗ ਮੁੱਖ ਮੰਤਰੀ ਜੀ ਨੇ ਜਿਹੜਾ ਨਿਰਣੇ ਲਿੱਤਾ ਕਿ ਹੁਣ ਇੱਥੋਂ ਸਾਡੇ ਅਸ਼ੋਕ ਜੀ ਚੋਣ ਲੜਨਗੇ ਮੈਂ ਬਹੁਤ ਬਹੁਤ ਜਿਹੜਾ ਸਰ ਮੱਥੇ ਰੱਖਦੀਆਂ ਉਹਨਾਂ ਦੀ ਇਸ ਇਮਤਿਆਦ ਦਾ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਅਗਰਹਿ ਕਰਦੀਆਂ ਬੇਨਤੀ ਕਰਦੀਆਂ ਕਿ ਤੁਸੀਂ ਇੱਥੋਂ ਸਾਡੇ ਵੀਰ ਅਸ਼ੋਕ ਜੀ ਨੂੰ ਜਿਤਾ ਕੇ ਬਾਤ ਤੋਂ ਬਾਤ ਮੇਰੇ ਤੋਂ ਵੀ ਜ਼ਿਆਦਾ ਵੋਟਾਂ ਪਾ ਕੇ ਵੱਡੀ ਪੰਚਾਇਤ ਭੇਜੋ ਤਾਂ ਕਿ ਆਪਾਂ ਜਿਹੜਾ ਆਪਣੀ ਕੋਸ਼ਿਸ਼ ਹੈ ਜਿਹੜੀ ਆਪਣੀ ਉਮੀਦ ਹੈ ਵੀ ਆਪਾਂ ਅੱਬ ਕੀ ਬਾਰ 400 ਪਾਰ ਜਿਹੜਾ ਉਹ ਨਾਰਾ ਆਪਾਂ ਦਿੱਤਾ ਹੈ ਤਾਂ ਉਹ ਨਾਰਾ ਆਪਾਂ ਪੂਰਾ ਕਰਨਾ ਹੈ ਆਪਾਂ 400 ਦੇ 400 ਕਮਲ ਖਿਲਾਣੇ ਨੇ ਤੇ ਮਾਨਯੋਗ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਣਾ ਹੈ ਸਾਡੀ ਤਾਂ ਹਸਰਤ ਸੀ ਕਿ ਅਸੀਂ ਹਰਿਆਣਾ ਜੀ ਵੀ ਤੀਸਰੀ ਵਾਰ ਮਾਨਯੋਗ ਮੁੱਖ ਮੰਤਰੀ શ્રી ਮਨੋਹਰ ਲਾਲ ਜੀ ਨੂੰ ਬਣਾਉਂਦੇ ਪਰ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ ਐਸ ਕਰਕੇ ਸਾਡੇ ਮੂੰਹੋਂ ਤਾਂ ਅਜੇ ਵੀ ਨਹੀਂ ਕਲਦਾ ਅਜੇ ਵੀ ਆ ਹੀ ਲੱਗਦਾ ਕਿ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ ਤਾਂ ਐਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਆਗਰਹਿ ਕਰਦੀਆਂ ਕਿ ਵਦ ਤੋਂ ਵਦ ਵੋਟਾਂ ਪਾ ਕੇ ਤੁਸੀਂ ਭਾਈ ਅਸ਼ੋਕ ਜੀ ਨੂੰ ਇੱਥੋਂ ਜਿਤਾ ਕੇ ਵੱਡੀ ਪੰਚਾਇਤ ਭੇਜੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਤੇ ਬਹੁਤ ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਬੋਲੇ ਸੋਨਿਹਾਲ she didn't buy it